ਜੀ ਅਸਲਾਮ ਅਲੈਕਮ ਦੋਸਤੋ, ਸੁਬਹ ਬਖੈਰ। ਅੱਜ ਸੁਬਹ ਸੁਬਹ ਨਮਾਜ਼ ਪੜ੍ਹ ਕੇ ਨਿਕਲੇ ਹਾਂ ਬਾਹਰ, ਕਿ ਬਾਰਿਸ਼ ਮਾਸ਼ਾਅੱਲਾ ਕਾਫੀ ਹੋਈ ਹੈ। ਕੱਲ੍ਹ ਦਿਨੇ ਵੀ ਬਾਰਿਸ਼ ਹੋਈ ਸੀ, ਰਾਤ ਵੀ 8 ਵਜੇ ਵੀ ਤੂਫਾਨੀ ਬਾਰਿਸ਼ ਸੀ, ਰਾਤ ਨੂੰ ਵੀ ਸਾਰੀ ਰਾਤ ਹੀ ਹਨੇਰੀ ਗਰਜ ਚਮਕ ਤੂਫਾਨੀ ਬਾਰਿਸ਼ ਹੀ ਹੁੰਦੀ ਰਹੀ ਹੈ। ਬਾਹਰ ਨਿਕਲੇ ਸਮੇਂ ਦੋਸਤਾਂ ਨੂੰ ਦਿਖਾਉਂਦੇ ਮਾਹੌਲ ਸ਼ੋਲ, ਬਾਰਿਸ਼ ਹੋ ਕੇ ਹਟੀ ਹੈਗੀ ਆ। ਮੌਸਮ ਤਾਂ ਕਾਫੀ ਖੁਸ਼ਗਵਾਰ ਹੋ ਗਿਆ, ਗਰਮੀਆਂ ਦੀ ਪਹਿਲੀ ਬਾਰਿਸ਼ ਆ, ਔਰ ਮਾਸ਼ਾਅੱਲਾ ਚੰਗੀ ਬਾਰਿਸ਼ ਹੋਈ ਹੈ, ਅੱਲਾਹ ਤਾਲਾ ਨੇ ਕਰਮ ਕੀਤਾ ਹੈਗਾ। ਫਿਲਹਾਲ ਵੀ ਬੱਦਲ ਵਗੈਰਾ ਤਾਂ ਹੈਗੇ ਕਾਫੀ। ਹੋਰ ਦੱਸਿਆ ਇੰਟਰਨੈਟ 'ਤੇ ਕਿ ਬਾਰਿਸ਼ ਮਜ਼ੀਦ ਹੋਣੀ ਹੈਗੀ ਆ, ਬਾਕੀ ਅੱਲਾਹ ਤਾਲਾ ਬਿਹਤਰ ਕਰੇਗਾ ਜੋ ਵੀ ਆ। ਫਿਲਹਾਲ ਤਾਂ ਮੌਸਮ ਬਿਲਕੁਲ ਖੁਸ਼ਗਵਾਰ ਹੋ ਗਿਆ, ਮਾਹੌਲ ਸ਼ੌਲ ਜ਼ਬਰਦਸਤ ਬਣ ਗਿਆ। ਸੁਬਹਾ ਸੁਬਹਾ ਨਿਕਲੇ ਬਾਹਰ, ਠੰਡ ਮਹਿਸੂਸ ਹੋ ਰਹੀ ਹੈ, ਹਾਲਾਂਕਿ ਟੈਂਪਰੇਚਰ ਬਹੁਤ ਜ਼ਿਆਦਾ ਸੀਗਾ, 46-47 ਦੀ ਟੈਂਪਰੇਚਰ ਪਹੁੰਚ ਗਿਆ ਸੀਗਾ। ਬਿਲਕੁਲ ਸਬਜ਼ਾ ਮਹਿਸੂਸ ਹੋ ਰਿਹਾ, ਬਾਰਿਸ਼ ਦੀ ਵਜ੍ਹਾ ਤੋਂ ਹਰ ਚੀਜ਼ ਧੋਤੀ ਗਈ ਹੈ। ਅੱਲਾਹ ਤਾਲਾ ਨੇ ਬਹੁਤ ਅੱਛਾ ਮੌਸਮ ਬਣਾ ਦਿੱਤਾ ਹੈਗਾ ਫਿਲਹਾਲ ਤਾਂ। ਬਾਕੀ ਹੁਣ ਧੁੱਪ ਵਗੈਰਾ ਨਿਕਲੇਗੀ ਤਾਂ ਫਿਰ ਪਤਾ ਲੱਗੇਗਾ, ਹਵਸ ਬਣੇਗੀ, ਲੇਕਿਨ ਫਿਰ ਵੀ ਟੈਂਪਰੇਚਰ ਇੰਨਾ ਤਾਂ ਨਹੀਂ ਜਾਂਦਾ, ਕਿਉਂਕਿ ਬਾਰਿਸ਼ ਵਗੈਰਾ ਕਾਫੀ ਲੰਮੀ ਚੌੜੀ ਬਾਰਿਸ਼ ਆ। ਪੂਰੇ ਲਾਹੌਰ ਵੀ ਕੱਲ੍ਹ ਦਿਨੇ ਕਾਫੀ ਬਾਰਿਸ਼ ਹੋਈ ਹੈ, ਅਤੇ ਟੈਂਪਰੇਚਰ ਨੂੰ ਮਾਸ਼ਾਅੱਲਾ ਕਾਫੀ ਫਰਕ ਪੈ ਜਾਣਾ, ਘੱਟ ਜਾਏਗੀ ਗਰਮੀ। ਬਾਕੀ ਦੋਸਤਾਂ ਨੂੰ ਦਿਖਾਉਂਦੇ ਹਾਂ ਮਕਈ ਦੀ ਸੂਰਤ ਹਾਲ, ਮਕਈ ਵੀ ਕਾਫੀ ਡਿਸਟਰਬ ਹੋਈ ਹੈ ਕਿਉਂਕਿ ਤੂਫਾਨੀ ਬਾਰਿਸ਼ ਸੀ, ਹਨੇਰੀ ਸ਼ੇਰੀ ਕਾਫੀ ਹੈਗੀ ਸੀਗੀ, ਬਾਰਿਸ਼ ਸੀ ਹਨੇਰੀ ਸੀ, ਔਰ ਬਾਹਰ ਛੱਲੀਆਂ ਵਗੈਰਾ ਵੀ ਰੱਖੀਆਂ ਹੋਈਆਂ, ਵੱਢ ਝੋਨੇ ਦਾ ਵੱਢ ਸੀ ਉਹ ਵੇਖਦੇ ਜਾ ਕੇ ਪਾਣੀ ਖੜ੍ਹਾ ਜਾਂ ਛੱਲੀਆਂ ਖਰਾਬ ਹੋਈਆਂ ਜਾਂ ਕੀ ਸੂਰਤ ਹਾਲ, ਉਹ ਵੀ ਦਿਖਾਉਣੇ ਦੋਸਤਾਂ ਨੂੰ, ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਸੀ, ਸਾਰੀ ਰਾਤ ਬਾਰਿਸ਼ ਹੁੰਦੀ ਰਹੀ ਹੈ ਤਕਰੀਬਨ। ਤੂਫਾਨੀ ਬਾਰਿਸ਼ ਸੀਗੀ ਕੱਲ੍ਹ 8 ਵਜੇ ਵੀ ਕਾਫੀ ਤੂਫਾਨ ਹਨੇਰੀ ਅਤੇ ਬਾਰਿਸ਼, ਅਤੇ ਫਿਰ ਰਾਤ ਨੂੰ ਉੱਠੇ 1-2 ਵਜੇ ਉਦੋਂ ਵੀ ਐਵੇਂ ਸੀ, ਫੁੱਲ ਬਾਰਿਸ਼ ਅਤੇ ਔਰ ਤੂਫਾਨ ਚੱਲ ਰਿਹਾ ਸੀਗਾ, ਹਨੇਰੀ ਬਹੁਤ ਜ਼ਿਆਦਾ ਸੀ। ਹਵਾ ਤੇਜ਼ ਦੀ ਹੋਣ ਦੀ ਵਜ੍ਹਾ ਤੋਂ ਮਕਈ ਤਾਂ ਕਾਫੀ ਲੰਮੀ ਪੈ ਗਈ ਹੈ, ਹਲੇ ਮਤਲਬ ਛੱਲੀਆਂ ਤੋੜਨ ਵਾਲੀਆਂ ਹੀ ਆ, ਬਿਲਕੁਲ ਟਾਂਡੇ ਸੈਂਟਰ 'ਚੋਂ ਟੁੱਟ ਕੇ ਲੰਮੇ ਹੋ ਗਏ, ਕਿ ਬਾਰਿਸ਼ ਬਹੁਤ ਜ਼ਿਆਦਾ ਸੀ, ਛੱਲੀ ਬਣੀ ਹੋਈ ਆ, ਟਾਂਡਾ ਭਾਰਾ ਹੈਗਾ। ਇੱਧਰੋਂ ਸਾਰੀ ਲੰਮਾ ਹੋ ਗਿਆ ਕੰਮ, ਲੰਮੀ ਮਕਈ ਲੰਮੀ ਹੋ ਗਈ, ਲੇਕਿਨ ਹੁਣ ਐਡਾ ਨੁਕਸਾਨ ਨਹੀਂ ਹੈਗਾ ਕਿਉਂਕਿ ਛੱਲੀ ਵਗੈਰਾ ਬਣ ਗਈ, ਪੱਕੀ ਹੈ ਛੱਲੀ, ਕਿਉਂਕਿ ਥੱਲੇ ਜਿਹੜਾ ਪਾਣੀ ਖੜ੍ਹੇ ਦੇ ਵਿੱਚ ਛੱਲੀ ਡਿੱਗ ਜਾਏਗੀ ਉਹਦਾ ਹੈ ਨੁਕਸਾਨ, ਲੇਕਿਨ ਫਿਰ ਵੀ ਧੁੱਪ ਆ ਲੱਗੇਗੀ ਤਾਂ ਖੁਸ਼ਕ ਹੋ ਜਾਣਾ, ਜ਼ਮੀਨ ਬਿਲਕੁਲ ਖੁਸ਼ਕ ਹੈਗੀ ਆ, ਪਾਣੀ ਪੀ ਜਾਣਾ ਉਹਨੇ। ਸੁਬਹ ਸੁਬਹ ਦਾ ਮੌਸਮ ਤਾਂ ਮਾਸ਼ਾਅੱਲਾ ਬਿਲਕੁਲ ਖੁਸ਼ਗਵਾਰ, ਠੰਡਾ ਜ਼ਬਰਦਸਤ ਮਾਹੌਲ ਆ, ਇਹ ਬਿਲਕੁਲ ਜ਼ਮੀਨ, ਇਹ ਜਿਹੜਾ ਫੀਲਡ ਹੈਗਾ ਬਿਲਕੁਲ ਵਾਹਣ ਹੈਗਾ ਸੀ, ਵਾਹਿਆ ਹੋਇਆ ਸੀਗਾ, ਮਤਲਬ ਬਿਲਕੁਲ ਖੁਸ਼ਕ, ਉਹਦੇ ਵਿੱਚ ਪਾਣੀ ਖੜ੍ਹਾ ਹੈਗਾ। ਰਾਤ ਦੀ ਬਾਰਿਸ਼ ਹੋਈ ਹੈ, ਕੁਛ ਪਾਣੀ ਜ਼ਮੀਨ ਪੀ ਗਈ ਹੈਗੀ, ਜ਼ਿਆਦਾਤਰ ਜ਼ਮੀਨ ਹੈਗੀ ਸੀ ਖੁਸ਼ਕ ਹੋਈ ਪਈ ਸੀ ਟੈਂਪਰੇਚਰ ਦੀ ਜ਼ਿਆਦਾ ਦੀ ਵਜ੍ਹਾ ਤੋਂ, ਖੁਸ਼ਕ ਹੋ ਗਿਆ, ਪਾਣੀ ਵਗੈਰਾ ਪੀ ਗਈ। ਬਾਕੀ ਸਾਫ਼ ਸੁਥਰਾ ਮਾਹੌਲ, ਸਬਜ਼ਾ ਦਰੱਖਤ ਵਗੈਰਾ ਧੋਤੇ ਗਏ, ਮਿੱਟੀ ਵਗੈਰਾ ਉਤਰ ਗਈ, ਬਿਲਕੁਲ ਮਾਹੌਲ ਜ਼ਬਰਦਸਤ ਬਣ ਗਿਆ, ਖੁਸ਼ਗਵਾਰ ਮਾਹੌਲ ਆ।
ਇੱਥੇ ਝੋਨੇ ਦਾ ਵੱਢ ਹੈਗਾ ਸੀ, ਜ਼ਰਾ ਰੱਖ ਲਿਆ ਸੀਗਾ, ਇੱਕ ਏਕੜ ਕਿੱਲਾ ਕੇ ਪਿਆ ਝੋਨੇ ਦਾ ਵੱਢ ਹੀ ਆ। ਇੱਥੇ ਛਲੀਆਂ ਵਗੈਰਾ ਆ ਰਹੀਆਂ, ਛਲੀਆਂ ਰੱਖੀਆਂ ਹੋਈਆਂ ਇੱਥੇ, ਛਲੀਆਂ ਉਸ ਕੋਣ ਵਾਸਤੇ ਜਗ੍ਹਾ ਛੱਡੀ ਸੀ, ਘਰ ਫੜ ਤੇ ਇੱਕ ਵਾਰੀ ਦਿਖਾਇਆ ਸੀ ਦੋਸਤਾਂ ਨੂੰ, ਉਹ ਸ਼ੈਲਾ ਵਗੈਰਾ ਕਰ ਲਿਆ ਹੈਗਾ, 8 ਏਕੜ ਆਏ ਸੀਗੇ, ਉਹ ਸ਼ੈਲਾ ਵਗੈਰਾ ਕਰਕੇ ਅਤੇ ਫਿਲਹਾਲ ਤਾਂ ਰੱਖ ਲਈ ਹੈ ਮਕਈ, ਬਾਰਦਾਨਾ ਲਿਆ ਕੇ ਭਰਾਈ ਕਰਕੇ ਅਤੇ ਸਟੋਰ 'ਚ ਲਗਾ ਦਿੱਤੀ ਹੈ। ਅੱਲਾ ਖੈਰ ਰੱਖੇ, ਕੋਈ ਈਦ ਦੀਆਂ ਛੁੱਟੀਆਂ ਸੀ ਉਹ ਖਤਮ ਹੋ ਰਹੀਆਂ ਹੋ ਗਈਆਂ, ਬਲਕਿ ਕੁਰੇਟ ਕੋਈ ਨਿਕਲਿਆ ਤਾਂ ਵੇਖਾਂਗੇ ਸੂਰਤ ਹਾਲ ਕੀ ਸੂਰਤ ਹਾਲ ਹੈਗੀ ਆ, ਵੇਚਣੀ ਚਾਹੀਦੀ ਹੈ ਨਹੀਂ ਵੇਚਣੀ ਚਾਹੀਦੀ, ਫੈਸਲਾ ਕਰਦੇ ਹਾਂ, ਰੇਟ ਵੇਖ ਕੇ ਫੈਸਲਾ ਹੋਏਗਾ ਵੇਚਣੀ ਚਾਹੀਦੀ ਹੈ ਨਹੀਂ ਵੇਚਣੀ ਚਾਹੀਦੀ। ਬਾਰਿਸ਼ ਤਾਂ ਕਾਫੀ ਹੋ ਗਈ ਹੈ, ਸੜਕ 'ਤੇ ਪਾਣੀ ਵਗੈਰਾ ਵਾਹਣਾ 'ਚ ਹੀ ਪਾਣੀ ਖੜ੍ਹਾ ਹੈਗਾ, ਕਿਉਂਕਿ ਮੌਸਮ ਗਰਮੀਆਂ ਮੌਸਮ ਕਿਉਂਕਿ ਮੌਸਮ ਗਰਮਾਂ ਦੀ ਹੈਗੀ ਸੀ, ਪਹਿਲੀ ਬਾਰਿਸ਼ ਆ, ਜ਼ਮੀਨ ਪਈ ਆ ਸੜੀ, ਟੈਂਪਰੇਚਰ 47-48 ਟੈਂਪਰੇਚਰ ਪਹੁੰਚ ਗਿਆ ਸੀ, ਗਰਮੀ ਇੰਨੀ ਹੋ ਗਈ ਸੀਗੀ, ਬਹੁਤ ਜ਼ਿਆਦਾ ਹੱਦ ਤੋਂ ਜ਼ਿਆਦਾ ਗਰਮੀ ਹੋ ਗਈ ਸੀ, ਮੌਸਮ ਗਰਮਾਂ ਦੀ ਪਹਿਲੀ ਬਾਰਿਸ਼ ਹੋਈ ਹੈ ਮਾਸ਼ਾਅੱਲਾ, ਅੱਲਾਹ ਤਾਲਾ ਨੇ ਕਰਮ ਕਰਤਾ। ਫਿਲਹਾਲ ਤਾਂ ਟੈਂਪਰੇਚਰ ਬਹੁਤ ਡਾਊਨ ਹੋ ਗਿਆ, ਸੁਬਹ ਸੁਬਹ ਬਾਹਰ ਨਿਕਲੇ ਨਮਾਜ਼ ਪੜ੍ਹ ਕੇ, ਠੰਡ ਮਹਿਸੂਸ ਹੋ ਰਹੀ ਹੈ, ਠੰਡ ਅੱਲਾਹ ਤਾਲਾ ਬਿਹਤਰੀ ਕਰਦਾ ਜੋ ਵੀ ਕਰਦਾ। ਤੂਫਾਨੀ ਬਾਰਿਸ਼ ਸੀ, ਹਨੇਰੀ ਵੀ ਕਾਫੀ ਹੈਗੀ ਸੀ, ਸਾਰੀ ਰਾਤ ਹੀ ਲੱਗੀ ਰਹੀ ਬਾਰਿਸ਼, ਤਕਰੀਬਨ 7 ਵਜੇ 8-8:30 ਵਜੇ ਸ਼ੁਰੂ ਹੋਈ ਸੀ ਹਨੇਰੀ, ਅਤੇ ਕੱਲ੍ਹ ਦਿਨੇ ਵੀ ਹੋਈ ਹੈ ਬਾਰਿਸ਼ ਥੋੜ੍ਹੀ ਬਹੁਤ, ਸਿਟੀ ਵੀ ਹਾੜੀ, ਸ਼ਹਿਰ ਵੀ ਹੋਈ ਹੈਗੀ ਹੈ, ਸਾਰੀ ਰਾਤ ਹੀ ਤਕਰੀਬਨ ਕੰਮ ਚੱਲਦਾ ਹੀ ਰਿਹਾ, ਗਰਜ ਚਮਕ ਅਤੇ ਬਾਰਿਸ਼, ਅਤੇ ਹੁਣ ਸੁਬਹ ਸੁਬਹਾ ਸੂਰਜ ਤਲੂ ਹੋਣ ਦਾ ਟਾਈਮ ਹੈ, ਤਕਰੀਬਨ 5 ਵਜੇ ਦਾ ਟਾਈਮ ਹੈਗਾ, ਬੱਦਲ ਤਾਂ ਹਲੇ ਵੀ ਕਾਫੀ ਹੈਗੇ, ਹਰ ਪਾਸੇ ਬੱਦਲ ਹੈਗੇ ਆ, ਮਾਹੌਲ ਤਾਂ VIP ਨਜ਼ਰ ਆ ਰਿਹਾ ਦੋਸਤਾਂ ਨੂੰ, ਦਿਹਾਤ ਦਾ ਮਾਹੌਲ, ਪਿੰਡ ਦਾ ਮਾਹੌਲ ਮੈਂ ਦਿਖਾ ਦਈਏ ਦੋਸਤਾਂ ਨੂੰ, ਸੁਬਹ ਸੁਬਹ ਬੱਦਲ ਵੀ ਹੋਏ ਹੋਏ ਆ, ਕਾਫੀ ਬੱਦਲ ਹੈਗੇ, ਹਰ ਪਾਸੇ ਬੱਦਲ ਹੈਗੇ ਆ, ਸੂਰਜ ਤਲੂ ਹੋਣ ਲੱਗਾ, ਹੁਣ 5 ਵਜੇ ਸੂਰਜ ਨਿਕਲ ਆਉਂਦਾ ਵਾ, ਇੱਥੇ ਸਾਰੀ ਮਾਸ਼ਾਅੱਲਾ ਮਕਈ ਆਉਣੀ ਆ, ਰਾਤੀ ਹੁੰਦੇ ਆ ਨਾ ਬੰਦੇ ਦੋ ਬਾਹਰ ਮਕਈ ਦੇ ਕੋਲ, ਤਾਂ ਰਾਤੀ ਹਨੇਰੀ ਤੂਫਾਨ ਇੰਨਾ ਸੀਗਾ, ਅਤੇ ਫਿਰ ਮੰਜੀਆਂ ਮੂੰਹਦੀਆਂ ਕੀਤੀਆਂ ਪਈਆਂ, ਕਾਹ ਮੰਜਾ ਪਿਆ ਅਤੇ ਕੋਹ ਪਿਆ ਚਾਰ ਪਾਈ, ਟੈਂਪਰੇਚਰ ਇੰਨਾ ਹਾਈ ਹੈਗਾ, ਛੱਲੀਆਂ ਤਾਂ ਕਾਫੀ ਸੁੱਕੀਆਂ ਮਤਲਬ ਆਉਂਦੀਆਂ ਵਾ, ਸੁੱਕ ਗਈ ਮਕਈ ਕਾਫੀ, ਲੇਕਿਨ ਫਿਰ ਵੀ ਧੁੱਪ 'ਚ ਫਲਾਉਣੀ ਪੈਂਦੀ ਹੈ। ਛੱਲੀਆਂ ਕਾਫੀ ਭੁਰੀਆਂ ਹੋਈਆਂ, ਵਿੱਚ ਹੀ ਭੁਰ ਜਾਂਦੀਆਂ ਛੱਲੀਆਂ, ਦਾਣੇ ਨਿਕਲ ਜਾਂਦੇ ਸੀ ਕਿਉਂਕਿ ਟੈਂਪਰੇਚਰ ਇੰਨਾ ਹਾਈ ਸੀਗਾ, ਲੇਕਿਨ ਹੁਣ ਤਾਂ ਬਿਲਕੁਲ ਗਿੱਲੀ ਹੋਈ ਪਈ ਹੈ, ਅੱਜ ਤਾਂ ਧੁੱਪ ਲੱਗੀ ਤਾਂ ਮਾਹੌਲ ਬਣੇਗਾ, ਲੋ ਜੀ ਆ ਵੀ ਮੰਜੀ ਮੁੱਦੀ,
ਸੜਕ 'ਚ ਪਾਣੀ ਖੜ੍ਹਾ ਵਾ, ਲੇਕਿਨ ਜਿੰਨੀ ਉਮੀਦ ਸੀ ਰਾਤ ਬਾਰਿਸ਼ ਹੋ ਰਹੀ ਆ, ਕੱਲ੍ਹ ਪਾਣੀ ਪਾਣੀ ਹੋਣਾ, ਉਹਨਾਂ ਪਾਣੀ ਹੈ ਨਹੀਂ, ਜ਼ਮੀਨ ਪੀ ਗਈ ਪਾਣੀ। ਕੱਲ੍ਹ ਲੇਬਰ ਲੱਗੀ ਸੀਗੀ, ਛੱਲੀਆਂ ਪਈਆਂ ਉਹ ਟਰਾਲੇ 'ਚ, ਉੱਥੇ ਮੁਧਾਈਆਂ ਨਹੀਂ ਸੀ ਹੈਗੀਆਂ, ਟਰਾਲੇ ਤੋਂ ਛੱਲੀਆਂ ਲਾਹੀਆਂ ਨਹੀਂ ਸੀ, ਕਿਉਂ ਜੈਕ ਲਏ ਆਪਣੇ ਟਰਾਲੇ ਮਾਸ਼ਾਲਾ, ਅਤੇ ਮੌਸਮ ਖਰਾਬ ਸੀ ਇਸ ਵਾਸਤੇ ਖੜ੍ਹੀ ਕਰਤੇ ਸੀ ਇੱਥੇ ਭਰੀ ਭਰਾਈ। ਹੁਣ ਤਾਂ ਇੱਕ ਦੋ ਦਿਨ ਕਿਉਂਕਿ ਬਾਰਿਸ਼ ਜ਼ਿਆਦਾ ਹੋ ਗਈ ਹੈ, ਜ਼ਮੀਨ 'ਚ ਹੋ ਗਿਆ ਖੋਭਾ, ਪਾਣੀ ਖੜ੍ਹਾ ਫੀਲਡ ਦੇ ਵਿੱਚ, ਇਸ ਵਾਸਤੇ ਫਿਰ ਇੱਕ ਦੋ ਦਿਨ ਛੁੱਟੀਆਂ ਹੋਣਗੀਆਂ ਲੇਬਰ ਦੀਆਂ, ਕੋਈ ਮੌਸਮ ਸਹੀ ਹੋਏਗਾ, ਜ਼ਮੀਨ ਖੁਸ਼ਕ ਹੋਏਗੀ, ਫੀਲਡ ਪਾਣੀ ਛਾਣੀ, ਅਤੇ ਫਿਰ ਕੰਮ ਚੱਲੇਗਾ। ਫਿਲਹਾਲ ਤਾਂ ਇੱਕ ਦੋ ਦਿਨ ਰੈਸਟ ਹੋਏਗੀ। ਇੱਥੇ ਫੀਲਡ 'ਤੇ ਇੱਥੇ ਜਿਹੜੀ ਫੜ ਤੇ ਪਈ ਸੀ ਮਕਈ, ਉਹਦਾ ਸ਼ੈਲਰ ਕਰਤੀ, ਸਾਹਮਣੇ ਗੁੱਲ ਪਏ ਹੈਗੇ ਆ, ਸ਼ੈਲਰ ਕਰਕੇ ਰੱਖਤੀ ਆ ਸਟੋਰ ਦੇ ਵਿੱਚ, ਅੱਲਾ ਖੈਰ ਕਰੇ ਕੁਛ ਛੁੱਟੀਆਂ ਲੰਘੀਆਂ ਇਹਦੀਆਂ, ਕੋਈ ਰੇਟ ਬਿਹਤਰ ਹੋਇਆ ਤਾਂ ਫਿਰ ਸੇਲ ਕਰਾਂਗੇ। ਠੀਕ ਹੋ ਗਿਆ ਦੋਸਤੋ, ਆਪਣਾ ਖਿਆਲ ਰੱਖਾ ਜੇ, ਮਿਲਦਾ ਅਗਲੇ ਵਲੌਗ ਦੇ ਵਿੱਚ, ਅੱਲਾ ਨਿਗਹਿਬਾਨ।